ਲਰਨ ਟੂ ਐਕਚੁਲਾਈਜ਼ ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਵਿੱਚ ਲਰਨ ਕਰਾਂਗੇ ਔਰ ਉਸਦੇ ਪ੍ਰਭਾਵ ਵੀ ਦੇਖਾਂਗੇ ਕਿ ਜਿਹੜਾ ਬੀ ਐਡ ਐਂਟਰੈਂਸ ਟੈਸਟ ਮਾਸਟਰੀ ਕੋਰਸ ਹੈ 220 ਵਾਲਾ, ਉਸ ਵਿੱਚ ਪ੍ਰੀਵੀਅਸ ਈਅਰ ਦੇ ਪੇਪਰ ਅਤੇ ਪ੍ਰੈਕਟਿਸ ਸੈੱਟ ਨੇ, ਉਹਨਾਂ ਦੀ ਐਕਸਰਸਾਈਜ਼ ਤੁਸੀਂ ਕਰਨੀ ਹੈ, ਉਹ ਕਿਸ ਤਰ੍ਹਾਂ ਓਪਨ ਕਰਨੇ ਹੈ ਅਤੇ ਕਿਸ ਤਰ੍ਹਾਂ ਉਸਨੂੰ ਪ੍ਰੋਸੀਡ ਕਰਨਾ ਹੈ, ਉਹ ਲਰਨ ਕਰਾਂਗੇ। ਸੋ ਲੌਗਇਨ ਕਰਨ ਲਈ ਤੁਸੀਂ ਅਗੇਨ ਸਾਡੀ ਜਿਹੜੀ ਵੈਬਸਾਈਟ ਹੈ ਲਰਨ ਟੂ ਐਕਚੁਲਾਈਜ਼ ਡੋਟ ਇਨ 'ਤੇ ਜਾਣਾ। ਇਨ ਉਸ ਤੋਂ ਬਾਅਦ ਤੁਸੀਂ ਇਹ ਜੋ ਤੁਸੀਂ ਦੇਖ ਲਓ ਇਹ ਆਪਸ਼ਨ ਆ ਰਿਹਾ ਲੌਗਇਨ ਦਾ, ਲੌਗਇਨ ਇੱਥੇ ਕਲਿੱਕ ਕਰੋਗੇ। ਜਦੋਂ ਕਲਿੱਕ ਕਰੋਗੇ ਤਾਂ ਇਹ ਪੋਪਅਪ ਆ ਜਾਏਗਾ ਤੁਹਾਡੀ ਸਕਰੀਨ ਦੇ ਉੱਤੇ, ਅਤੇ ਤੁਸੀਂ ਆਪਣੀ ਜਿਹੜੀ ਈਮੇਲ ਆ, ਠੀਕ ਹੈ, ਉਹਦੇ ਥਰੂ ਲੌਗਇਨ ਕਰ ਸਕਦੇ ਹੋ। ਲਾਈਕ ਤੁਸੀਂ ਇੱਥੇ ਮੈਂ ਲੌਗਇਨ ਕਰ ਰਿਹਾ, ਈਮੇਲ ਹੈਗੀ ਤੀਰਥ ਸਿੰਘ @hotmail.com ਐਂਡ ਜਿਹੜਾ ਪਾਸਵਰਡ ਹੋਏਗਾ ਉਹ ਤੁਹਾਡੀ ਈਮੇਲ ਆਈ ਡੀ ਦੇ ਉੱਤੇ ਆ ਜਾਏਗਾ, ਜਿਹੜਾ ਪਾਸਵਰਡ ਹੋਏਗਾ ਉਹਦੇ ਥਰੂ ਕਰ ਸਕਦੇ ਹੋ, ਜਾਂ ਤੁਸੀਂ ਇੱਕ ਨਵਾਂ ਪਾਸਵਰਡ ਵੀ ਕ੍ਰੀਏਟ ਕਰ ਸਕਦੇ ਹੋ, ਉਹਦਾ ਵੀ ਪੋਪਅਪ ਆ ਜਾਏਗਾ। ਸੋ ਇੱਥੇ ਮੈਂ ਆਪਣਾ ਪਾਸਵਰਡ ਫਿਲ ਕਰ ਦਿੰਦਾ, 5 digit ਦਾ ਸ਼ਾਇਦ ਹੁੰਦਾ ਜਿਹੜਾ ਪਾਸਵਰਡ ਇਹਨਾਂ ਨੂੰ ਆਉਂਦਾ। ਜੀ ਸਰ, ਤੁਸੀਂ ਉਹ ਚੇਂਜ ਕਰ ਸਕਦੇ ਹੋ। ਜਿਵੇਂ ਹੀ ਮੈਂ ਇੱਥੇ ਲੌਗਇਨ ਕੀਤਾ ਅਤੇ ਇਹ ਮੇਰਾ ਕੋਰਸ ਆ ਗਿਆ, ਬੀ ਐਡ ਐਂਟਰੈਂਸ ਟੈਸਟ ਮਾਸਟਰੀ ਪ੍ਰੈਕਟਿਸ ਸੈੱਟ ਐਂਡ ਪ੍ਰੀਵੀਅਸ ਈਅਰ ਕੁਸ਼ਚਨਸ। ਸੋ ਇੱਥੇ ਮੈਂ ਕਲਿੱਕ ਕਰਦਾ, ਜਿਵੇਂ ਹੀ ਕਲਿੱਕ ਕੀਤਾ ਅਤੇ ਆਹ ਕੋਰਸ ਦਾ ਜਿਹੜੀ ਡਿਸਕਸ਼ਨ ਹੈ, ਕੰਟੈਂਟ ਹੈਗਾ, ਉਹ ਮੇਰੇ ਸਾਹਮਣੇ ਖੁੱਲ੍ਹ ਗਿਆ। ਸਭ ਤੋਂ ਪਹਿਲਾਂ ਸਾਡੇ ਕੋਲ ਹੈਗਾ ਬੀ ਐਡ PYQ ਪੰਜਾਬ 2023 ਦਾ ਜਿਹੜਾ ਕੁਸ਼ਚਨ ਪੇਪਰ ਹੈਗਾ ਉਹ ਸਾਡੇ ਕੋਲ ਇੱਥੇ ਓਪਨ ਹੋ ਗਿਆ। ਸੋ ਇਹਦੇ ਵਿੱਚ ਸਾਡੇ ਕੋਲ ਜਨਰਲ ਅਵੇਅਰਨੈਸ, ਟੀਚਿੰਗ ਪੋਟੈਂਸ਼ੀਅਲ, ਮੈਂਟਲ ਐਬਿਲਿਟੀ, ਇੰਗਲਿਸ਼ ਐਂਡ ਹਿੰਦੀ, ਠੀਕ ਹੈ ਜੀ। ਸੋ ਆਪਾਂ ਜਿਵੇਂ ਜਨਰਲ ਅਵੇਅਰਨੈਸ ਆ, ਇੱਥੇ ਆ ਗਿਆ ਸਟਾਰਟ, ਪੰਜਾਬੀ ਵੀ ਵਿੱਚ ਸ਼ਾਮਿਲ ਹੈ ਜੀ, ਉਹ ਵੀ ਸ਼ਾਮਿਲ ਹੋ ਜਾਏਗਾ ਹੌਲੀ ਹੌਲੀ, ਸਾਰੇ ਜਿੰਨੇ ਵੀ ਕੁਸ਼ਚਨ ਪੇਪਰਸ ਨੇ, ਠੀਕ ਹੈ, ਸਾਡਾ ਇਨ ਪ੍ਰੋਗਰੈਸ ਚੱਲ ਰਿਹਾ ਹੌਲੀ ਹੌਲੀ, ਉਹ ਇੱਕ ਅੱਧੇ ਦਿਨ ਦੇ ਵਿੱਚ ਮਤਲਬ ਰੈਗੂਲਰ ਅਪਡੇਟ ਹੁੰਦਾ ਰਹੇਗਾ। ਗੁੱਡ ਗੁੱਡ ਗੁੱਡ। ਸੋ ਇੱਥੇ ਸਟਾਰਟ ਕੁਇਜ਼ ਕਰਦੇ ਹਾਂ, ਇਹ ਕੁਝ ਇੰਸਟਰਕਸ਼ਨਸ ਨੇ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਨਾ। ਜਦੋਂ ਤੁਸੀਂ CBT ਐਗਜ਼ਾਮ ਸਾਰੇ ਦਿੰਦੇ ਨੇ ਤੇ ਸੇਮ ਐਕਸਰਸਾਈਜ਼, ਸੇਮ ਇਦਾਂ ਦੀ ਮਤਲਬ ਇੰਸਟਰਕਸ਼ਨਸ ਆਉਂਦੀਆਂ ਨੇ, ਠੀਕ ਹੈ ਜੀ। ਇਹਦੇ ਵਿੱਚ ਕਿਹੜਾ ਕੁਐਸਚਨ ਕਲਰ ਦੱਸ ਦਿੰਦਾ, ਕਿਹੜਾ ਕੁਐਸਚਨ ਤੁਸੀਂ ਟਿਕ ਕੀਤਾ, ਕਿਹੜਾ ਨਹੀਂ ਦਿੱਤਾ, ਉਹਦਾ ਆਨਸਰ, ਇਸਦੇ ਮੀਨਿੰਗ ਸਮਝ ਲੈਣੇ ਆ ਤੁਸੀਂ, ਇਹਨੂੰ ਤੁਸੀਂ ਇੱਕ ਵਾਰੀ ਇੰਸਟਰਕਸ਼ਨਸ ਨੂੰ ਪੜ੍ਹ ਲੈਣਾ, ਠੀਕ ਹੈ ਜੀ। ਦੈਨ ਆਪਾਂ ਸਟਾਰਟ ਕਰਦੇ ਹਾਂ। ਸੋ ਪਹਿਲਾ ਸਾਡੇ ਕੁਐਸਚਨ ਆ ਗਿਆ, ਵਟ ਵਾਜ਼ ਦਾ ਥੀਮ ਆਫ ਇੰਟਰਨੈਸ਼ਨਲ ਡੇ ਆਫ ਯੋਗਾ 2023। ਸੋ ਇੱਥੇ ਆਪਾਂ ਇੱਥੇ ਕਲਿੱਕ ਕਰ ਲੈਂਦੇ ਹਾਂ, ਦੈਨ ਆਪਾਂ ਇੱਥੇ ਸੇਵ ਐਂਡ ਨੈਕਸਟ ਦਾ ਆਪਸ਼ਨ ਤੇ ਕਲਿੱਕ ਕਰਦੇ ਹਾਂ। ਓਕੇ, ਇਹਦੇ ਆਪਾਂ ਇਹਨੂੰ ਅਟੈਂਪਟ ਕਰ ਲੈਂਦੇ ਹਾਂ, ਠੀਕ ਹੈ ਜੀ। ਇਹ ਜਸਟ ਡੈਮੋ ਦੇ ਰਹੇ ਹਾਂ ਕਿ ਤੁਸੀਂ ਸੋਚ ਕੇ ਆਪਣਾ ਟਾਈਮ ਲੈ ਕੇ, ਠੀਕ ਹੈ ਜੀ, ਹਰ ਸੈਟ ਵਿੱਚ ਲਗਭਗ 30 ਮਿੰਟ ਦਿੱਤੇ ਗਏ ਨੇ। ਵਾਂਸ ਤੁਸੀਂ ਜਿੰਨੇ ਵੀ ਕੁਐਸਚਨਸ ਹੈਗੇ 30 ਕੁਐਸਚਨਸ ਨੇ ਸਾਰਿਆਂ ਨੂੰ ਅਟੈਂਪਟ ਕਰ ਲੈਂਦੇ ਹੋ, ਉਸ ਤੋਂ ਬਾਅਦ ਤੁਸੀਂ ਸਬਮਿਟ ਕਰਨਾ। ਐਂਡ ਇਹ ਕੁਐਸਚਨ ਕਰਨ ਲਈ ਟਾਈਮ, ਰਿਮੇਨਿੰਗ ਟਾਈਮ ਉੱਪਰ ਚੱਲ ਰਿਹਾ, 30 ਮਿੰਟਸ ਤੁਹਾਨੂੰ ਮਿਲਣਗੇ, ਆ ਟਾਈਮ ਉੱਪਰ ਚੱਲ ਰਿਹਾ, ਠੀਕ ਹੈ ਜੀ। ਸੋ ਉਹਦੇ ਨਾਲ ਨਾਲ ਕੀ ਜਿਹੜਾ ਤੁਸੀਂ ਕਰੰਟ ਅਫੇਅਰ ਕਰ ਰਹੇ ਹੋ ਉਹਦੇ ਉੱਪਰ ਵੀ ਆ ਰਿਹਾ ਕਿ ਉਹ ਐਜੂਕੇਸ਼ਨ ਤੋਂ ਰਿਲੇਟਡ ਆ, ਸਪੋਰਟਸ ਤੋਂ ਰਿਲੇਟਡ, ਇਕਨੋਮੀ ਤੋਂ ਰਿਲੇਟਡ ਆ, ਟੈਕਨੋਲੋਜੀ ਤੋਂ ਰਿਲੇਟਡ ਆ, ਹਿਸਟਰੀ ਤੋਂ ਰਿਲੇਟਡ ਆ, ਜਾਂ ਸਾਇੰਸ ਤੋਂ ਰਿਲੇਟਡ ਆ, ਲਾਅ ਤੋਂ ਰਿਲੇਟਡ ਆ, ਈਚ ਐਂਡ ਐਵਰੀਥਿੰਗ ਇੱਥੇ ਆ ਜਾਏ। ਮੈਂ ਸਰ ਇੱਥੇ ਐਡ ਕਰ ਦਵਾਂ ਕਿ ਜਿਹੜਾ ਇਹਨਾਂ ਦਾ ਸਿਲੇਬਸ ਹੈ, ਜੇ ਦੇਖਣ ਬੀ ਐਡ ਐਂਟਰੈਂਸ ਟੈਸਟ ਦਾ ਸਿਲੇਬਸ ਜੇ ਤੁਸੀਂ ਦੇਖੋ ਤੇ ਉਹਦੇ ਵਿੱਚ ਜਨਰਲ ਅਵੇਅਰਨੈਸ ਦੇ ਅੰਡਰ 10 ਕੈਟਾਗਰੀਜ਼ ਨੇ, ਇਹ ਉਹੀ ਕੈਟਾਗਰੀਜ਼ ਇੱਥੇ ਡਿਸਪਲੇ ਹੋ ਰਹੀਆਂ ਨੇ, ਤੁਹਾਨੂੰ ਪਤਾ ਲੱਗ ਰਿਹਾ ਤੁਸੀਂ ਕਿਹੜੀ ਕੈਟਾਗਰੀ 'ਚ ਅੱਗੇ ਹੈ, ਕਿਹੜੀ ਕੈਟਾਗਰੀ 'ਚ ਵੀਕ ਹੋ। ਸੋ ਵਾਂਸ ਆਪਾਂ ਮੰਨ ਲਓ ਕਿ ਆਪਾਂ 30 ਕੁਐਸਚਨ ਅਟੈਂਪਟ ਕਰ ਲਏ ਆ, ਉਸ ਤੋਂ ਬਾਅਦ ਆਪਾਂ ਕੀ ਕਰਨਾ, ਸਬਮਿਟ ਕਰ ਦੇਣਾ। ਸਬਮਿਟ ਕਰਨ ਤੋਂ ਬਾਅਦ ਤੁਹਾਡੇ ਕੋਲ ਆ ਜਾਏਗਾ ਕਿ ਤੁਸੀਂ ਟੋਟਲ ਟਾਈਮ ਕਿੰਨਾ ਲਿੱਤਾ, ਟੋਟਲ ਕੁਐਸਚਨਸ ਕਿੰਨੇ ਹੈਗੇ ਨੇ,
ਅਤੇ ਕਿੰਨੇ ਤੁਸੀਂ ਅਟੈਂਪਟ, ਲਾਈਕ ਮੈਂ ਇੱਥੇ 5 ਅਟੈਂਪਟ ਕੀਤੇ ਨੇ ਅਤੇ 25 ਸਕਿੱਪ ਕੀਤੇ ਨੇ, ਉਹ ਸਾਰਾ ਆ ਜਾਏਗਾ। ਦੈਨ ਇੱਥੇ ਸਬਮਿਟ ਕਰਾਂਗੇ, ਐਂਡ ਸਬਮਿਟ ਕਰਨ ਤੋਂ ਬਾਅਦ ਸਾਡੇ ਕੋਲ ਇਹ ਇੱਕ ਇਹ ਸਾਡੀ ਬਹੁਤ ਜ਼ਿਆਦਾ ਜ਼ਰੂਰੀ, ਮੈਂ ਇਸ 'ਤੇ ਫੋਕਸ ਕਰਨਾ ਚਾਹਾਂਗਾ, ਆ ਜਾਏਗੀ ਸਰ, ਐਨਾਲਿਸਿਸ ਆ ਜਾਏਗੀ ਇਹ ਵਾਲਾ। ਇਹ ਗ੍ਰਾਫ ਉਸਦਾ ਬਣ ਕੇ ਆ ਗਿਆ, ਟੋਟਲ ਕਿੰਨੇ ਸੀ ਤੁਹਾਨੂੰ ਪਤਾ ਲੱਗ ਜਾਏਗੀ ਪਰਫੋਰਮੈਂਸ। ਗ੍ਰੀਨ ਵਾਲਾ ਕੁਰੈਕਟ ਔਰ ਇਨਕੁਰੈਕਟ, ਕਿੰਨੇ ਰੋਂਗ ਰਿਸਪੋਂਸ ਹੋਏ ਆ, ਕਿੰਨੇ ਸਕਿੱਪ ਕੀਤੇ ਤੁਸੀਂ, ਛੱਡ ਦਿੱਤੇ ਆ ਕੁਸ਼ਚਨ, ਔਰ ਉਸਦੀ ਡਿਸਕ੍ਰਿਪਸ਼ਨ ਸਾਰੀ ਹੈ। ਤੁਸੀਂ ਤੁਹਾਨੂੰ ਇਹ ਮੋਟੀਵੇਟ ਕਰੇਗੀ ਕਿ ਅੱਗੇ ਮੈਂ ਕੀ ਕਰਨਾ ਹੈ। ਇੱਥੇ ਇੱਕ ਹੋਰ ਬਹੁਤ ਵਧੀਆ ਆਪਸ਼ਨ ਹੈਗਾ ਸਰ, ਵਧੀਆ ਆਪਸ਼ਨ, ਕਿ ਤੁਹਾਡੀ ਰੈਂਕ ਜਿੱਦਾਂ ਜਿੱਦਾਂ ਬੱਚੇ ਐਨਰੋਲ ਕਰਨਗੇ ਇਹਦੇ ਵਿੱਚ, ਤੇ ਤੁਹਾਡੀ ਰੈਂਕ ਵੀ ਆਏਗੀ। ਮੰਨ ਲਓ 100 ਬੱਚਿਆਂ ਨੇ ਐਨਰੋਲ ਕੀਤਾ ਇਸ ਕੋਰਸ ਦੇ ਵਿੱਚ, ਤੁਹਾਡੀ ਰੈਂਕ ਕੀ ਹੈਗੀ ਹੈ, ਕੀ ਹੈ, ਠੀਕ ਹੈ, ਉਹ ਤੁਹਾਨੂੰ ਪਤਾ ਲੱਗ ਜਾਏਗਾ। ਉਹ ਤੋਂ ਸਾਨੂੰ ਪਤਾ ਲੱਗ ਜਾਣਗੇ ਆਪਾਂ ਕਿੰਨੇ ਪਾਣੀ ਦੇ ਵਿੱਚ ਹੈਗੇ ਆ, ਦੈਨ ਪਰਸੈਂਟਾਈਲ ਤੁਹਾਨੂੰ ਪਤਾ ਲੱਗ ਜਾਣਗੇ। ਇਹਦੇ ਵਿੱਚ ਅਸੀਂ 2 ਅਟੈਂਪਟ ਦੇ ਰਹੇ ਹਾਂ ਤੁਹਾਨੂੰ, ਕਿ ਤੁਸੀਂ ਜਿਹੜਾ ਕੁਇਜ਼ ਹੈਗਾ ਉਹਨੂੰ 2 ਵਾਰੀ ਮੈਕਸਿਮਮ ਅਟੈਂਪਟ ਕਰ ਸਕਦੇ ਹੋ, ਠੀਕ ਹੈ ਜੀ। ਸੋ 2 ਵਾਰ ਤੁਸੀਂ ਅਟੈਂਪਟ ਕਰ ਸਕਦੇ ਹੋ, ਤੁਹਾਨੂੰ ਪਤਾ ਲੱਗ ਜਾਏਗਾ ਜਦੋਂ, ਅੱਛਾ ਮੇਰਾ ਇਹ ਕੁਸ਼ਚਨ ਗਲਤ ਹੋਇਆ, ਇਹ ਕਿਉਂ ਹੋਇਆ, ਥੱਲੇ ਉਹਦੀ ਐਕਸਪਲੇਨੇਸ਼ਨ ਦਿੱਤੀ। ਮੋਸਟ ਇੰਪੋਰਟੈਂਟ ਇਹ ਆਸਪੈਕਟ ਹੈ, ਤੁਸੀਂ ਕੁਸ਼ਚਨ ਜਿਹੜਾ ਇਹ ਆਉਂਦਾ ਹੈ, ਮਤਲਬ ਇਹ ਗ੍ਰੀਨ ਹੈ, ਇਟ ਮੀਨਸ ਇਹ ਕੁਰੈਕਟ ਹੈ, ਫਿਰ ਵੀ ਇਸਦੀ ਐਕਸਪਲੇਨੇਸ਼ਨ ਹੈ। ਜੇ ਰੈੱਡ ਵਾਲਾ ਹੈ ਉਸਨੂੰ ਤੁਸੀਂ ਜ਼ਰੂਰ ਦੇਖਦੇ ਹੋ ਕਿ ਇਹ ਰੈੱਡ ਹੋ ਗਿਆ ਹੈ, ਕੋਈ ਰੈੱਡ ਹੋਇਆ ਸਰ ਤੁਹਾਡਾ, ਸਾਰੇ ਠੀਕ ਕਰ ਦਿੱਤੇ। ਹਾਂ, ਸੋ ਜਿਸ ਤਰ੍ਹਾਂ ਤੁਹਾਡਾ ਕੁਸ਼ਚਨ ਇਨਕੁਰੈਕਟ ਹੈ, ਉਹ ਰੈੱਡ ਮਾਰਕ ਹੋ ਜਾਂਦਾ ਹੈ, ਔਰ ਉਸਦੀ ਐਕਸਪਲੇਨੇਸ਼ਨ ਵੀ ਨੀਚੇ ਹੈ। ਜਦੋਂ ਅਸੀਂ ਇਸ ਚੀਜ਼ 'ਤੇ ਫੋਕਸ ਕਰਦੇ ਹਾਂ ਸਾਈਕੋਲੋਜੀਕਲੀ, ਉਹ ਚੀਜ਼ ਸਾਨੂੰ ਯਾਦ ਰਹਿੰਦੀ ਹੈ ਅਤੇ ਉਹ ਕਰੈਕਸ਼ਨ ਜਿਹੜੀ ਫਾਈਨਲ ਐਗਜ਼ਾਮ 'ਚ ਹੋ ਜਾਂਦੀ ਹੈ। ਸੋ ਅਸੀਂ ਐਰਰ ਤੋਂ ਵੀ ਸਿੱਖ ਰਹੇ ਹਾਂ, ਰਾਈਟ ਰਿਸਪੋਂਸ ਤੋਂ ਵੀ ਸਿੱਖ ਰਹੇ ਹਾਂ। ਸੋ ਇੱਦਾਂ ਦਾ ਸਾਡਾ ਇੰਟਰਫੇਸ ਹੋਏਗਾ। ਇਸ ਤੋਂ ਇਲਾਵਾ ਜੇ ਤੁਸੀਂ ਚਾਹੋ ਤਾਂ, ਜੇ ਤੁਹਾਨੂੰ ਪਤਾ ਲੱਗੇ ਕਿ ਰੈਗੂਲਰ ਮੇਰੇ ਇਸ ਪੋਰਸ਼ਨ ਵਿੱਚੋਂ ਐਰਰ ਜ਼ਿਆਦਾ ਹੋ ਰਹੀਆਂ ਹਨ, ਗਲਤੀਆਂ ਜ਼ਿਆਦਾ ਹੋ ਰਹੀਆਂ ਹਨ, ਤਾਂ ਤੁਸੀਂ ਕਲਾਸਿਸ ਉਹ ਜੁਆਇਨ ਕਰ ਸਕਦੇ ਹੋ, ਜਾਂ ਉਸ ਦੀ ਡਿਮਾਂਡ ਕਰ ਸਕਦੇ ਹੋ, ਜਾਂ ਉਸ ਤਰ੍ਹਾਂ ਦੇ ਕੁਸ਼ਚਨ ਹੋਰ ਐਕਸਰਸਾਈਜ਼ ਲਈ ਚਾਹੁੰਦੇ ਹੋ, ਤੁਸੀਂ ਉਹ ਸਾਨੂੰ ਨੀਡ ਆਪਣੀ ਭੇਜ ਸਕਦੇ ਹੋ ਜਿਹਨਾਂ ਨੇ ਕੋਰਸ ਜੁਆਇਨ ਕੀਤਾ ਹੋਇਆ ਹੈ। ਉਸ ਤੋਂ ਬਾਅਦ ਅਸੀਂ ਉਸ ਤਰ੍ਹਾਂ ਦੇ ਕੁਸ਼ਚਨ ਪਾਉਂਦੇ ਰਹਾਂਗੇ, ਉਹ ਨੀਡ ਤੁਹਾਡੀ ਤੋਂ ਪਤਾ ਲੱਗੇਗਾ। ਇਸ ਦੇ ਰਿਗਾਰਡਿੰਗ ਤੁਹਾਡਾ ਹੋਰ ਕੋਈ ਕੁਸ਼ਚਨ ਹੋਵੇ ਤਾਂ ਤੁਸੀਂ ਕਮੈਂਟ ਬਾਕਸ 'ਚ ਲਿਖ ਸਕਦੇ ਹੋ। ਇਸ ਤੋਂ ਇਲਾਵਾ ਸਰ ਤੁਸੀਂ ਹੋਰ ਕੁਛ ਕਹਿਣਾ ਚਾਹੋ? ਬਸ ਮੈਂ ਇਹ ਕਹਿਣਾ ਚਾਹੂੰਗਾ ਕਿ ਜੋ ਆਪਾਂ ਟੈਕਨੋਲੋਜੀ ਯੂਜ਼ ਕਰ ਰਹੇ ਹਾਂ, ਠੀਕ ਹੈ ਜੀ, ਅਤੇ ਆਈ ਥਿੰਕ ਵਨ ਆਫ ਦਾ ਬੈਸਟ ਟੈਕਨੋਲੋਜੀ ਹੈ, ਤੁਹਾਨੂੰ ਇਹਦਾ ਬਹੁਤ ਫਾਇਦਾ ਮਿਲਣ ਵਾਲਾ ਹੈ। ਸੋ 220 ਰੁਪਏ ਕੁਛ ਜ਼ਿਆਦਾ ਨਹੀਂ ਨੇ, ਬੁੱਕ ਨਾ ਇੱਕ ਬੁੱਕ ਨਾ ਕੰਪੇਅਰ ਕਰਿਓ ਕਿ ਬੁੱਕ ਤੋਂ ਵੱਧ ਪ੍ਰੋਸੈਸਿਸ ਔਰ ਮਟੀਰੀਅਲ ਪਲੱਸ MCQ ਔਰ ਪ੍ਰੈਕਟਿਸ ਸੈੱਟ ਸਭ ਤੋਂ ਜ਼ਿਆਦਾ ਜ਼ਰੂਰੀ ਕਿ ਰੈਲੇਵੈਂਟ ਟੂ ਲੇਟੈਸਟ ਐਗਜ਼ਾਮੀਨੇਸ਼ਨ, ਕਿਉਂਕਿ ਉਹ ਜਿਹੜੇ ਪ੍ਰੈਕਟਿਸ ਸੈੱਟ ਅਸੀਂ ਬਣਾਉਣੇ ਹਨ ਉਹ ਹੁਣ ਦੇ ਪਿਛਲੇ ਪੇਪਰ ਜਾਂ ਪੇਪਰ ਸੈਟਰਸ ਦੇ ਮਾਇੰਡ ਨੂੰ ਜਾਂ ਨਾਲ ਦੀਆਂ ਸਟੇਟਸ ਵਿੱਚ ਹੋਈਆਂ ਇਸ ਤਰ੍ਹਾਂ ਦੇ ਐਗਜ਼ਾਮ ਨੂੰ ਐਨਾਲਾਈਜ਼ ਕਰਕੇ ਬਣਾਉਣੀਆਂ ਹਨ। ਜਿਹੜੀ ਬੁੱਕ ਹੁੰਦੀ ਹੈ, ਵੈਰੀ ਸੌਰੀ, ਉਹ ਬਹੁਤ ਪਹਿਲਾਂ ਦੀ ਲਿਖੀ ਹੁੰਦੀ ਹੈ, ਫੈਕਚੁਅਲ ਚੀਜ਼ਾਂ ਉਹਦੇ ਵਿੱਚ ਬੇਸ਼ੱਕ ਪਈਆਂ ਨੇ, ਲੇਕਿਨ ਐਡ ਵੀ ਕਰਨਾ ਚਾਹੁੰਦਾ ਜਿੱਦਾਂ ਹੁਣ ਮੰਨ ਲਓ ਇਹ ਬੁੱਕ ਹੈ, ਠੀਕ ਹੈ ਜੀ, ਪ੍ਰੀਵੀਅਸ ਈਅਰ ਕੁਐਸਚਨ ਹੈ, UGC ਨੈਟ ਫਿਜ਼ੀਕਲ ਐਜੂਕੇਸ਼ਨ ਦੀ ਪ੍ਰੀਵੀਅਸ ਈਅਰ ਕੁਐਸਚਨ ਦੀ ਬੁੱਕ ਹੈ ਜੀ। ਹੁਣ ਮੰਨ ਲਓ ਮੈਂ ਇੱਕ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਅਟੈਂਪਟ ਕਰਨਾ, ਮੈਂ ਇੱਕ ਕੁਐਸਚਨ ਅਟੈਂਪਟ ਕੀਤਾ, ਫਿਰ ਮੈਂ ਪਿੱਛੇ ਜਾ ਰਿਹਾ ਹਾਂ, ਹਾਂ, ਉਹਦਾ ਆਪਸ਼ਨ ਦੇਖ ਰਿਹਾ, ਇਹਦੇ ਵਿੱਚ ਤੁਹਾਡੀ ਟਾਈਮ, ਠੀਕ ਹੈ ਨਾ, ਟਾਈਮ ਐਨਰਜੀ ਮੈਂਟਲ ਐਨਰਜੀ ਬਚੇਗੀ, ਹਾਂ, ਵੈਰੀ ਗੁੱਡ, ਵੈਰੀ, ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ।
ਜਦੋਂ ਵੀ ਆਪਾਂ ਕੰਪੀਟੀਟਿਵ ਐਗਜ਼ਾਮ ਦੇ ਇੱਥੇ ਤੁਹਾਡੇ ਸਾਹਮਣੇ ਸਭ ਕੁਝ ਡਿਸਪਲੇ ਹੋਈ ਜਾਣਾ ਤੁਹਾਡੇ ਮੋਬਾਈਲ ਤੇ ਲੈਪਟਾਪ ਤੇ ਕੰਪਿਊਟਰ ਤੇ ਜਿਸ ਤੇ ਵੀ ਤੁਸੀਂ ਇਸ ਨੂੰ ਆਪਰੇਟ ਕਰਦੇ ਹੋ। ਇਸ ਦੇ ਹੋਰ ਫਾਇਦੇ ਕੀ ਨੇ ਅਲੱਗ ਤੋਂ ਵੀਡੀਓ ਉਸ ਤੇ ਹੈ, ਲੇਕਿਨ ਇਸ ਵਿੱਚ ਸਿਰਫ ਇਹ ਸੀ ਕਿ ਅਸੀਂ ਇਹ ਯੁੱਗ ਇਸ ਤਰਫ ਜਾ ਰਿਹਾ ਹੈ, ਬੁੱਕ ਤੋਂ ਨੈਚੁਰਲੀ ਟੈਕਨੋਲੋਜੀ ਵੱਲ ਆਉਣਾ ਪੈ ਰਿਹਾ, ਕੋਵਿਡ ਪੀਰੀਅਡ ਤੋਂ ਬਾਅਦ ਆਉਣਾ ਹੀ ਪਿਆ ਹੈ। ਸੋ ਇਹ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਇੱਧਰ ਆਉਣਾ ਚਾਹੁੰਦੇ ਹੋ ਜਾਂ ਨਹੀਂ। ਥੈਂਕ ਯੂ। ਥੈਂਕ ਯੂ।